ਬਈ ਜੀ ਮਾਨ ਸਾਹਿਬ ਜਿਵੇਂ ਆਮ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਵੀ ਟੇਲਾਂ ਤੱਕ ਪਾਣੀ ਪਹੁੰਚਾਉਂ, ਜਿਹੜਾ ਟੇਲ ਤੇ ਖੇਤ ਹੈ ਮੈਨੂੰ ਪਤਾ ਹੈ ਮੈਂ ਉਸ ਖੇਤ ਤੱਕ ਪਾਣੀ ਪਹੁੰਚਾ ਦੂੰਗਾ। ਅੱਜ ਬਾਕੀ ਬਈ ਹਰਕਿਸ਼ਨਪੁਰਾ ਪਿੰਡ 'ਚ ਇਹ ਸਭ ਤੋਂ ਲੰਬੇ ਸੂਏ ਦੀ ਟੇਲ ਤੇ ਬੈਠੇ ਹਾਂ, ਟੇਲ ਵਾਲੇ ਖੇਤ 'ਚ ਪਾਣੀ ਪੈ ਰਿਹਾ। ਬਾਕੀ ਮਾਨ ਸਾਹਿਬ ਦੀ ਇਹ ਗੱਲਾਂ ਸੱਚੀਆਂ ਨੇ, ਬਹੁਤ ਵਧੀਆ ਉਹਨਾਂ ਨੇ ਇਹ ਉਪਰਾਲਾ ਕੀਤਾ, ਬਹੁਤ ਧੰਨਵਾਦ ਹੈ ਸਰਕਾਰ ਦਾ। ਹਾਂ ਪਹਿਲੀ ਵਾਰ ਪਾਣੀ ਆਪਣੇ ਪਹੁੰਚਿਆ ਜਮਾ ਟੇਲ ਤੇ, ਤੁਹਾਨੂੰ ਮੈਂ ਦਿਖਾਉਣਾ ਮੋਗਾ ਇੱਥੋਂ ਕਿੰਨੇ ਦੂਰ ਆ ਤੇ ਪਾਣੀ ਕਿੱਥੋਂ ਤੱਕ ਪਹੁੰਚਿਆ। ਆਹ ਦੇਖ ਲਓ ਤੁਸੀਂ ਪਾਣੀ ਤਿੰਨਾਂ ਚਾਰਾਂ ਮੋਟਰਾਂ ਜਿੰਨਾ ਕੱਢਦਾ ਮੋਗਾ। ਤੁਹਾਨੂੰ ਮੈਂ ਦਿਖਾਉਣਾ ਮੋਗਾ, ਮੋਗਾ ਹੈਗਾ ਜੀ ਉਹ ਜਿੱਥੇ ਬਿਜਲੀ ਦੇ ਖੰਭੇ ਆ ਜਿੰਨਾ ਕੁ ਜ਼ੂਮ ਹੁੰਦਾ, ਉੱਥੋਂ ਲੈ ਕੇ ਇੱਥੋਂ ਤੱਕ ਪਾਣੀ ਆਇਆ ਤੇ ਪਾਣੀ ਦੇਖ ਲਓ ਤੁਸੀਂ। ਧੰਨਵਾਦ ਭਗਵੰਤ ਮਾਨ ਜੀ, ਬਹੁਤ ਬਹੁਤ ਮਿਹਰਬਾਨੀ। ਪੰਜਾਬ ਦੇਸ਼ ਦਾ ਇੱਕ ਅਜਿਹਾ ਸੂਬਾ ਹੈ ਜੋ ਸਭ ਤੋਂ ਵੱਧ ਅਨਾਜ ਪੈਦਾ ਕਰਦਾ ਹੈ ਅਤੇ ਜਿੱਥੇ ਕਿਸਾਨਾਂ ਦੇ ਵੱਲੋਂ ਪੈਦਾ ਕੀਤਾ ਗਿਆ ਅਨਾਜ ਪੂਰੇ ਦੇਸ਼ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸੇ ਕਰਕੇ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਪਰ ਅੱਜ ਇੱਕ ਵੱਖਰਾ ਰੂਪ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਇਸ ਅੰਨ ਦੇਣ ਵਾਲੇ ਦਾ ਚਿਹਰਾ ਸੋਸ਼ਲ ਮੀਡੀਆ ਦੇ ਉੱਤੇ ਖਿੜਿਆ ਨਜ਼ਰ ਆ ਰਿਹਾ। ਕਈ ਵੀਡੀਓਜ਼ ਕਿਸਾਨਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਕਿਸੇ ਵੀਡੀਓ ਦੇ ਵਿੱਚ ਕਿਸਾਨ 20 ਸਾਲ ਬਾਅਦ ਆਪਣੇ ਖੇਤਾਂ ਦੇ ਵਿੱਚ ਪਾਣੀ ਦੀ ਆਮਦ ਦਾ ਜਸ਼ਨ ਮਨਾ ਰਹੇ ਨੇ ਅਤੇ ਕਈ ਵੀਡੀਓਜ਼ ਦੇ ਵਿੱਚ ਲੱਡੂਆਂ ਦੇ ਨਾਲ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਬਿਜਲੀ ਸਪਲਾਈ ਕਰ ਰਹੇ। ਸੋ ਇਸ ਵਾਇਰਲ ਵੀਡੀਓ ਤੋਂ ਬਾਅਦ ਜਦੋਂ ਅਸਲ ਦੇ ਵਿੱਚ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੇਖੋ ਕਿਸ ਤਰ੍ਹਾਂ ਦੇ ਨਾਲ ਸੀਐਮ ਮਾਨ ਦੀ ਤਾਰੀਫ ਕਰਦੇ ਨਜ਼ਰ ਆਏ ਨੇ ਇਹ ਕਿਸਾਨ। ਮੇਰਾ ਨਾਮ ਬਾਈ ਜੀ ਗਗਨਦੀਪ ਸਿੰਘ ਹੈ, ਹਰਕਿਸ਼ਨਪੁਰੇ ਦੇ ਵਾਸੀ ਹਾਂ ਅਸੀਂ। ਖੁਸ਼ੀ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਵੀ ਜਿਹੜੀ ਚੀਜ਼ ਜ਼ਿੰਦਗੀ 'ਚ ਤੁਹਾਨੂੰ ਸਾਰੀ ਜ਼ਿੰਦਗੀ ਲੋੜ ਮਹਿਸੂਸ ਹੋਈ ਹੋਵੇ ਅਤੇ ਤੁਹਾਨੂੰ ਮਿਲੀ ਨਾ ਹੋਵੇ, ਉਹ ਅਚਾਨਕ ਮਿਲ ਜਾਏ ਤੁਹਾਨੂੰ, ਉਹਦੀ 'ਚ ਖੁਸ਼ੀ ਤਾਂ ਫਿਰ ਤੁਸੀਂ ਹੁਣ ਆਪ ਹੀ ਸੋਚ ਸਕਦੇ ਹੋ ਵੀ ਕਿੰਨੀ ਖੁਸ਼ੀ ਹੋ ਰਹੀ ਹੈ ਨਾ। ਅਤੇ ਬਹੁਤ ਹੀ ਧੰਨਵਾਦ ਹੈ ਬਾਈ ਜੀ ਸਰਕਾਰ ਦਾ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ MLA ਭੈਣ ਨਰਿੰਦਰ ਕੌਰ ਭਰਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਬੜਾ ਕਿਸਾਨੀ ਨੂੰ ਬਚਾਉਣ ਵਾਲਾ ਕੰਮ ਕਰਤਾ। ਅਸੀਂ ਕਿਸਾਨ ਨਹੀਂ ਇਸ ਚੀਜ਼ ਦਾ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਜੀ, ਇਹਦਾ ਬਹੁਤ ਹੀ ਵੱਡਾ ਕੰਮ ਹੈ। ਹਾਂਜੀ ਹਾਂਜੀ ਬਿਲਕੁਲ, ਜਿਹੜੀ ਸੂਏ ਦੀ ਟੇਲ ਆ ਬਾਈ ਜੀ ਇਹ ਆਪਣੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਲੰਬਾ ਸੂ ਹੈ ਜੀ। ਕਦੇ ਅੱਜ ਤੱਕ ਇੱਥੇ ਟੇਲ 'ਤੇ ਪਾਣੀ ਪਹੁੰਚਿਆ ਹੀ ਨਹੀਂ ਸੀ, ਅੱਜ ਇਹਦੀ ਟੇਲ 'ਤੇ ਤੁਸੀਂ ਦੇਖ ਰਹੇ ਹੋ ਕਿ ਉਹ ਕਿਆਰਾ ਭਰਿਆ ਪਿਆ ਅਤੇ ਟੇਲ 'ਤੇ ਪਾਣੀ ਚੱਲ ਰਿਹਾ ਅਤੇ ਸਵੇਰੇ ਇਹ ਅਰਲੀ ਮੋਰਨਿੰਗ ਅਸੀਂ ਉੱਠ ਕੇ ਦੇਖਿਆ ਤਾਂ ਪਾਣੀ ਇਹ ਚਾਲੂ ਹੋ ਗਿਆ ਸੀ ਆਉਣਾ। ਬਹੁਤ ਜ਼ਿਆਦਾ ਖੁਸ਼ੀ ਹੈ ਅਤੇ ਸ਼ੱਕਰ ਨਾਲ ਅਸੀਂ ਸਾਰਿਆਂ ਨੇ ਇੱਥੇ ਆ ਕੇ ਜੀ ਸ਼ਗਨ ਮਨਾਇਆ ਇਹਦਾ ਅਤੇ ਬਹੁਤ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ, ਬੜੀ ਖੁਸ਼ੀ ਹੋ ਰਹੀ ਹੈ ਜੀ ਸਾਨੂੰ, ਬਹੁਤ ਚੰਗਾ ਉਪਰਾਲਾ ਕੀਤਾ ਸਰਕਾਰ। ਇਸ ਵਾਰ ਜੀ ਬਿਜਲੀ ਸਪਲਾਈ ਬਹੁਤ ਬਿਹਤਰ ਮਿਲ ਰਹੀ ਹੈਗੀ, 8 ਤੋਂ ਲੈ ਕੇ 8 ਦਾ ਸਰਕਾਰ ਨੇ ਐਲਾਨ ਕਰੀ ਕਰੇਗਾ, ਪਰ ਬਿਜਲੀ ਸਾਨੂੰ 8 ਤੋਂ 10 ਘੰਟੇ 12 ਘੰਟੇ ਅਤੇ ਆਹ ਰਾਤ ਦੀ ਤਾਂ ਹੁਣ ਲਗਾਤਾਰ ਹੀ ਚੱਲ ਰਹੀ ਹੈ, ਪਤਾ ਨਹੀਂ ਵੀ ਕਿੰਨਾ ਟਾਈਮ ਹੋ ਗਿਆ, 3 ਵਜੇ ਦੀ ਆਈ ਹੋਈ ਹੈ ਅਜੇ ਗਈ ਨਹੀਂ ਹੈਗੀ ਅਤੇ ਸਾਡੀ ਵਾਰੀ ਹੁਣ 2 ਵਜੇ ਤੋਂ ਬਣਨੀ ਸੀ ਪਰ ਲਾਈਟ ਪਹਿਲਾਂ ਦੀ ਚੱਲ ਰਹੀ ਹੈਗੀ। ਹਾਂ ਜੀ ਮੋਟਰਾਂ ਹੁਣ ਸਵੇਰ ਦੀਆਂ 2-2 ਘੰਟੇ ਕੋਈ 3 ਘੰਟੇ ਚਲਾ ਕੇ ਸਾਰੀਆਂ ਮੋਟਰਾਂ ਖੜੀਆਂ ਨੇਗੀਆਂ ਅਤੇ ਵਾਹਣਾਂ ਦੇ ਵਿੱਚ ਦੇਖੋ ਪਾਣੀ ਸਾਡਾ ਪੂਰਾ ਹੋਇਆ ਪਏਗਾ। ਅਤੇ ਪਿਛਲੀਆਂ ਸਰਕਾਰਾਂ ਵੇਲੇ ਸਰਕਾਰ ਐਲਾਨ ਤਾਂ ਕਰ ਦਿੰਦੀ ਸੀ ਵੀ 8 ਘੰਟੇ ਲੈਣ ਆਊਗੀ, ਲੇਕਿਨ ਸਾਨੂੰ ਆਮ ਤੌਰ 'ਤੇ ਤੁਸੀਂ ਵੀ ਦੇਖਿਆ ਹੋਊਗਾ ਕਿਸਾਨਾਂ ਨੂੰ ਗ੍ਰਿੱਡ ਘੇਰਨੇ ਪੈਂਦੇ ਸੀ ਜਾਂ ਕੋਈ ਅਫਸਰ ਘੇਰਨਾ ਪੈਂਦਾ ਸੀਗਾ ਤਾਂ ਕਿਤੇ ਉਹ 5-7 ਘੰਟੇ ਲਾਈਟ ਆਉਂਦੀ, ਕਦੇ 7 ਘੰਟੇ ਆ ਗਈ, ਕਦੇ 6 ਘੰਟੇ ਆ ਗਈ, 8 ਤਾਂ ਜਾਣੀ ਬਹੁਤ ਘੱਟ ਆਉਂਦੀ ਸੀ। ਕਾਰਨ ਤਾਂ ਜੀ ਭਾਈ ਇੱਕ ਤਾਂ ਚਲੋ ਮੌਸਮ ਵੀ ਲਾ ਲਓ ਵੀ ਰੱਬ ਵੀ ਠੰਡਾ ਚੱਲ ਰਿਹਾ ਹੈਗਾ, ਐਤਕੀ ਮੌਸਮ ਵੀ ਠੀਕ ਹੈ। ਦੂਜੇ ਨੰਬਰ 'ਤੇ ਇਸ ਤੋਂ ਪਹਿਲਾਂ ਜਿਹੜਾ ਬਿਜਲੀ ਮੁਲਾਜ਼ਮ ਨੇ ਸਾਰਿਆਂ ਨੇ ਜਿੰਨੀਆਂ ਵੀ ਲਾਈਨਾਂ ਹੈਗੀਆਂ ਸਾਰਿਆਂ 'ਤੇ ਹੱਥ ਫੇਰ ਕੇ ਫਾਲਟ ਜੋ ਵੀ ਹੈਗਾ ਜੀ ਕਿਤੋਂ ਉਹ ਸਾਰੇ ਕੱਢੇ ਗਏ ਨੇਗੇ, ਉਸ ਕਰਕੇ ਜਿਹੜੀ ਬਿਜਲੀ ਹੈਗੀ ਉਹ ਕੋਈ ਫਾਲਟ ਨਹੀਂ ਪੈ ਰਿਹਾ। ਅੱਗੇ ਪਿਛਲੀ ਵਾਰ ਤਾਂ ਪਿਛਲੀ ਵਾਰੀ ਵੀ ਖੈਰ ਪੈਂਦਾ ਰਿਹਾ ਫਾਲਟ, ਕਿਉਂ ਸਰਕਾਰ ਲੇਟ ਬਣੀ ਹੈਗੀ, ਅਤੇ ਉਹ ਇਸ ਵਾਰ ਕੋਈ ਅਜੇ ਤੱਕ ਕਿਸੇ ਲਾਈਨ ਸਾਨੂੰ ਨਹੀਂ ਕੋਈ ਫਾਲਟ ਸੁਣਿਆ, ਫਾਲਟ ਪੈ ਗਿਆ ਗਿੱਡਾਂ ਦੇ ਨਾ ਜੀ, ਹਜੇ ਕੋਈ ਸਾਨੂੰ ਲੋੜ ਊਣ ਆਉਣ ਸਾਨੂੰ ਲੋੜ ਪੈ ਜੀ ਭਾਈ ਸਾਡੀ ਲਾਈਟ ਬੰਦ ਕਰ ਲਓ, ਨਜਾਇਜ਼ ਚੱਲ ਰਹੀ ਹੈਗੀ, ਚਲਾਉਣ ਵਾਸਤੇ ਨਹੀਂ ਜਾਣਾ ਪੈਣਾ, ਬੰਦ ਕਰਾਉਣ ਵਾਸਤੇ ਨਾ ਜਾਣਾ ਪੈ ਜੇ। ਨਹੀਂ ਲਾਈਟ ਤੋਂ ਜਿਹੜੀ ਹੈਗੀ ਆ ਸੱਚਾਈ ਆ, ਉਹ ਲਾਈਟ ਫੁੱਲ ਵਧੀਆ ਆ ਰਹੀ ਹੈ, ਇੱਕ ਤਾਂ ਵਧੀਆ ਹੁੰਦੀ ਹੈ, ਇੱਕ ਬਹੁਤ ਵਧੀਆ ਹੁੰਦੀ ਲਾਈਟ ਹੈ। ਸਾਨੂੰ ਸਰਕਾਰ ਨੇ 8 ਘੰਟੇ ਆਖਿਆ ਸੀ, ਕਦੇ 9 ਵੀ ਚੱਲੀ ਜਾਂਦੀ ਹੈ, 10 ਵੀ ਚੱਲੀ ਜਾਂਦੀ ਹੈ, 12 ਚੱਲਦੀ ਆ, ਹੁਣ 12 ਚੱਲ ਰਹੀ ਹੈ, ਸਵੇਰੇ 3 ਵਜੇ ਦੀ ਲਾਈਟ ਆਈ ਹੋਈ ਹੈ, ਹੁਣ ਚੱਲ ਰਹੀ ਹੈ ਲਾਈਟ। ਸਰਕਾਰ ਦਾ ਇਹ ਤੁਸੀਂ ਧੰਨਵਾਦ ਕਰਦੇ ਹਾਂ ਕਿਸਾਨਾਂ ਵੱਲੋਂ, ਬਹੁਤ ਵਧੀਆ ਸਪਲਾਈ ਹੈ ਲਾਈਟ ਦੀ, ਨਾ ਕੋਈ ਟ੍ਰਿਪਿੰਗ ਹੈ, ਨਾ ਕੋਈ ਉਹ ਫਾਲਟ ਪੈਂਦਾ। ਮੇਰੇ 4 ਕੁ ਮੋਟਰਾਂ ਨੇ ਜੀ, 4 ਮੋਟਰਾਂ ਨੇ, ਇੱਕ 50 ਬਿੱਘਿਆਂ ਦੀ ਮੋਟਰ ਹੈ, ਉਹ ਹਰ ਸਾਲ ਨਿੱਟ ਲਾਉਣਾ ਪੈਂਦਾ ਸੀ, 2 ਸਾਲ ਦਾ ਨਿੱਟ ਨਹੀਂ ਲਾਇਆ, ਉਹ ਵੀ 50 ਬਿੱਘਿਆਂ ਦੀ ਮੋਟਰ ਵੀ ਖੜ੍ਹੀ ਹੈ। ਲਾਈਟ ਦੀ ਸਪਲਾਈ ਲਗਾਤਾਰ ਮਿਲ ਰਹੀ ਹੈ, ਕਦੋਂ ਲਾਈਟ ਟ੍ਰਿਪ ਕਰਦੀ ਹੈ
ਝੋਨਾ ਹੁਣ ਆਪਾਂ ਨੂੰ ਲਾਈਟ ਕਿਹੜੀ ਹੁਣ ਮਿਲ ਗਈ ਆਪਾਂ ਨੂੰ ਜੇ ਕਿਹਨਾ ਪਾਣੀ ਸੁੱਕ ਗਿਆ ਫਿਰ ਉਹ ਪਾਣੀ ਖੜਦਾ ਨਹੀਂ ਹੁਣ ਪਾਣੀ ਵਾਫਰ ਹੈ ਕਿਹਨਾ ਹਵਾ ਲੱਗਦੀ ਨਹੀਂ ਬਾਣ 'ਚ ਪਾਣੀ ਘੱਟ ਲੋੜ ਪੈਂਦੀ ਹੈ ਚਾਰ ਕਿੱਲੇ ਜ਼ਮੀਨ ਦੀ ਮੋਟਰ ਤਾਂ ਇੱਕ ਹੀ ਹੈ ਹਾਂਜੀ ਬੰਦ ਹੈ ਵੀ ਲਾਈਟ ਵਧੀਆ ਆਈ ਜਾਂਦੀ ਇਸੇ ਕਾਰਨ ਬੰਦ ਨੇ ਮੋਟਰਾਂ ਪਿੱਛੇ ਜਿਹੜੀਆਂ ਸਰਕਾਰਾਂ 'ਤੇ ਉਹਨਾਂ ਨੂੰ ਲਾਈਟ ਵਧੀਆ ਚੱਲ ਰਹੀ ਹੈ ਜੀ ਬਾਕੀ ਜਿਹੜੇ ਹੁਣ ਕੋਈ ਕੱਟ ਕੁੱਟ ਲਾ ਜਾਂਦਾ ਜੀ ਉਦੋਂ ਵੱਧ ਲਾਈਟ ਚੱਲਦੀ ਹੈ ਬਿਜਲੀਆਂ ਸਰਕਾਰਾਂ ਦਿੰਦੀਆਂ ਹੁੰਦੀਆਂ ਇਹ ਲਾਈਟ ਜੇ ਖਰਾਬ ਹੋ ਜਾਂਦੀ ਨਾ ਜੀ ਕਦੇ ਕੋਈ ਹੋ ਨਹੀਂ ਹੋਇਆ ਹੁਣ ਲਾਈਟ ਵੱਧ ਚੱਲਦੀ ਜੀ ਉਸੇ ਕਾਰਨ ਜੀ ਬਾਕੀ ਗੌਰਮੈਂਟ ਦੀ ਉਹ ਹੈ ਜੀ ਵਧੀਆ ਗੱਲ ਹੈ ਚੱਲ ਰਿਹਾ ਜੀ ਥੱਲੇ ਪਾਣੀ ਦੀ ਬੱਚਤ ਹੋਊਗੀ ਜੀ ਸੂਇਆਂ ਦਾ ਪਾਣੀ ਲੱਗਣ ਲੱਗੇ ਜੀ ਸਾਰੇ ਖਾਲ ਨਿਕਲ ਜਾਣਾ ਲੋਕਾਂ ਨੂੰ ਖਾਲ ਛੱਡਣੇ ਵੀ ਚਾਹੀਦੇ ਨੇ ਜੀ ਮੋਟਰਾਂ ਥੱਲੇ ਵਾਲੇ ਪਾਣੀ ਨੂੰ ਬੱਚਤ ਹੋਊ ਜੀ ਸੂਇਆਂ ਦਾ ਪਾਣੀ ਲੱਗੂ ਜੀ ਨਹੀਂ ਥੱਲੋਂ ਪਾਣੀ ਥੱਲੇ ਜਾਈ ਜਾਂਦਾ ਜੀ ਥੱਲੇ ਵਾਲਾ ਦਸੰਬਰ ਨਿਊਜ਼ ਦੇ ਲਈ ਸੰਗਰੂਰ ਤੋਂ ਕੁਲਵੀਰ ਦੀ ਰਿਪੋਰਟ।